ਸੱਜਣਾਂ ਤੇ ਮਿੱਤਰੋ ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਪ੍ਰੋਗਰਾਮ ਧਰਤੀ ਪੰਜ ਦਰਿਆਵਾਂ ਦੀ ਧਮਾਲ ਐਫਐਮ 94 ਦੇ ਲਾਈਵ ਸਟੂਡੀਓ ਤੋਂ ਤੇ ਮੈਨੂੰ ਆਖਦੇ ਨੇ ਇਜ਼ਹਾਰ ਅਹਿਮਦ ਗੁਲਜ਼ਾਰ। ਸੱਜਣੋ ਅਸੀਂ ਆਪਣੇ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਪੰਜ ਦਰਿਆਵਾਂ ਦੀ, ਜ਼ਰਖੇਜ਼ ਤੇ ਮੁਹੱਬਤਾਂ ਵੰਡਦੀ ਧਰਤੀ ਦੀ, ਲੋਕਾਂ ਦੀ ਰਹਿਤਲ ਤੇ ਵਸੇਬ ਦੀ, ਪੰਜਾਬ ਦੀਆਂ ਰਸਮਾਂ ਰਿਵਾਜਾਂ ਦੀ। ਅਸੀਂ ਗੱਲ ਕਰਾਂਗੇ ਇੱਥੇ ਦੇ ਜਫਾਕਸ਼ ਤੇ ਮਿਹਨਤੀ ਕਿਸਾਨਾਂ ਦੀ। ਅਸੀਂ ਗੱਲ ਕਰਾਂਗੇ ਦਿਨ ਰਾਤ ਮਿੱਲਾਂ ਤੇ ਫੈਕਟਰੀਆਂ ਵਿੱਚ ਰੋਬੋਟ ਵਾਂਗੂ ਕੰਮ ਕਰਨ ਵਾਲੇ ਮਿਹਨਤੀ ਕਾਮਿਆਂ ਦੀ। ਅਸੀਂ ਗੱਲ ਕਰਾਂਗੇ ਬਦਲਦੀਆਂ ਇਨਸਾਨੀ ਕਦਰਾਂ ਦੀ, ਰਵੱਈਆਂ ਦੀ, ਮੋਹ ਮੁਹੱਬਤ ਦੀ ਥਾਵੇਂ ਨਫ਼ਰਤ, ਹਸਦ, ਲੋਭ, ਕ੍ਰੋਧ ਦੀ। ਅਸੀਂ ਗੱਲ ਕਰਾਂਗੇ ਆਲ ਦੁਆਲੇ ਟੁਰਦੇ ਫਿਰਦੇ, ਸਾਹ ਲੈਂਦੇ, ਕੂੰਦੇ ਸਹਿੰਦੇ, ਲੜਦੇ ਘੁਲਦੇ, ਮੰਨਦੇ ਵਿਟਰਦੇ, ਹੱਸਦੇ ਰੋਂਦੇ ਤੇ ਜਿਉਂਦੇ ਮਰਦੇ ਗੋਸ਼ਤ ਪੋਸ਼ਦੇ ਇਨਸਾਨ ਦੀ। ਅਸੀਂ ਗੱਲਾਂ ਕਰਾਂਗੇ ਦੇਸ਼ ਪਿਆਰ ਦੀਆਂ, ਆਪਣੇ ਖਿੱਤੇ ਰਹਿਤਲ ਵਸੇਬ ਤੇ ਕਲਚਰ ਦੀ ਮੁਹੱਬਤ ਦੀ। ਗੱਲਾਂ ਕਰਾਂਗੇ ਪੰਜਾਬੀ ਜ਼ਬਾਨ ਦੀ ਤੇ ਪੰਜਾਬੀ ਜ਼ਬਾਨ ਨੂੰ ਗੁੜਤੀ ਦੇਣ ਵਾਲੇ ਪੌਲੀਆਂ ਦੀ, ਉਹਨਾਂ ਦੇ ਫਲਸਫੇ ਤੇ ਉਹਨਾਂ ਦੀ ਤਬਲੀਗ ਦੀ, ਉਹਨਾਂ ਦੀ ਸਦਾਬਹਾਰ ਸ਼ਾਇਰੀ ਵਿਚ ਜਿਹੜਾ ਗਰੂਰ, ਤਕੱਬਰ, ਲੋਭ, ਲਾਲਚ, ਹੰਕਾਰ ਤੋਂ ਪਾਕ, ਆਜਜ਼ੀ, ਦਰਮਾਨਦਗੀ ਤੇ ਕੁਰਬਾਨੀ ਵਰਗੀਆਂ ਸਿਫਤਾਂ ਦੀ ਗੱਲ ਕਰਾਂਗੇ। ਬਾਬਾ ਫਰੀਦ ਗੰਜਸ਼ਗਰ ਫਰਮਾਉਂਦੇ ਨੇ, ਫਰੀਦਾ ਕਾਲੇ ਮੈਂੜੇ ਕੱਪੜੇ ਤੇ ਕਾਲਾ ਮੈਂੜਾ ਦੇਸ਼, ਗਨਾਹੀ ਭਰਿਆ ਮੈਂ ਫਿਰਾਂ ਤੇ ਲੋਕ ਕਹਿਣ ਦਰਵੇਸ਼। ਫਿਰ ਫਰਮਾਉਂਦੇ ਨੇ ਉੱਠ ਫਰੀਦਾ ਸੁੱਤਿਆ ਤੇ ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਇੰਜ ਸ਼ਾਹ ਹੁਸੈਨ ਫਰਮਾਉਂਦੇ ਨੇ ਕਿ ਇਸ ਦਮ ਦਾ ਕੀ ਪਰਵਾਸਾ, ਰਹਿਣ ਸਰਾਈ ਰਾਤ, ਉੱਡਿਆ ਭੌਰ ਥੀਆ ਪਰਦੇਸੀ, ਅੱਗੇ ਰਾਹ ਉਗਮਦਾ, ਕੂੜੀ ਦੁਨੀਆਂ ਕੂੜ ਪਸਾਰਾ, ਜਿਉਂ ਮੋਤੀ ਸ਼ਬਨਮ ਦਾ। ਤੇ ਬੁੱਲੇ ਸ਼ਾਹ ਫਰਮਾਉਂਦੇ ਨੇ ਕਿ ਇੱਕ ਰੋਜ਼ ਜਹਾਨੋ ਜਾਣਾ ਏ, ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਸਾਰ ਨਹੀਂ, ਉੱਠ ਜਾਗ ਘਰਾੜੇ ਮਾਰ ਨਹੀਂ। ਸੁਲਤਾਨ ਉਲ ਆਰਫੀ ਸੁਲਤਾਨ ਬਾਹੂ ਕਹਿੰਦੇ ਨੇ ਕਿ ਚੜ ਚੰਨਾ ਤੇ ਕਰ ਰੁਸ਼ਨਾਈ, ਤੇਰਾ ਜ਼ਿਕਰ ਕਰੇਂਦੇ ਤਾਰੇ ਹੂ, ਗਲੀਆਂ ਦੇ ਵਿੱਚ ਫਿਰਨ ਨਮਾਣੇ, ਲਾਲਾਂ ਦੇ ਵਨਜਾਰੇ ਹੂ, ਸ਼ਾਲਾ ਮੁਸਾਫਰ ਕੋਈ ਨਾ ਥੀਵੇ, ਕੱਖ ਜਿਨਾ ਥੀ ਭਾਰੇ ਹੂ, ਤਾੜੀ ਮਾਰ ਉਡਾਨਾ ਬਾਹੂ, ਅਸੀਂ ਆਪੇ ਉੱਡਣ ਹਾਰੇ ਹੂ। ਤੇ ਖਵਾਜਾ ਗੁਲਾਮ ਫਰੀਦ ਮਿੱਠਨ ਕੋਟੀ ਫਰਮਾਉਂਦੇ ਨੇ ਕਿ ਮੈਂਡਾ ਇਸ਼ਕ ਵੀ ਤੂੰ, ਮੈਂਡਾ ਯਾਰ ਵੀ ਤੂੰ, ਮੈਂਡਾ ਦੀਨ ਵੀ ਤੂੰ, ਈਮਾਨ ਵੀ ਤੂੰ, ਮੈਂਡਾ ਜਿਸਮ ਵੀ ਤੂੰ, ਮੈਂਡੀ ਰੂਹ ਵੀ ਤੂੰ, ਮੈਂਡਾ ਕਲਬ ਵੀ ਤੂੰ, ਜਿੰਦ ਜਾਨ ਵੀ ਤੂੰ। ਇੰਜ ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ ਕਿ ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ, ਤੇ ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ, ਤੇ ਵਾਰਿਸ ਸ਼ਾਹ ਜੇ ਕਿਸੇ ਦਾ ਬੁਰਾ ਕੀਤੋ ਜਾ ਗੋਰ ਅੰਦਰ ਪੁੱਛਤਾਵਣਾਈ, ਵਾਰਿਸ ਸ਼ਾਹ ਮਾਣ ਨਾ ਕਰ ਵਾਰਸਾਂ ਦਾ, ਰੱਬ ਬੇਵਾਰਸ ਕਰ ਮਾਰਦਾ ਈ, ਵਾਰਿਸ ਸ਼ਾਹ ਫੇਲਾਂ ਦੇ ਨਾਲ ਖਾਰ ਹੁੰਦੇ, ਬੰਦੇ ਪਾਗ ਗੁਨਾਹਾਂ ਥੀ ਜੰਮਦੇ ਨੇ। ਤੇ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਫਰਮਾਉਂਦੇ, ਨਾ ਮਿਲੀਏ ਤੇ ਨਾ ਮਿਲੀਏ, ਜੇ ਮਿਲੀਏ ਤੇ ਹੱਸ ਕੇ, ਮਿੱਠਾ ਬੋਲ ਅੰਦਰ ਵੜ ਮਿਲੀਏ, ਆਸ਼ਕ ਦਾ ਦਿਲ ਖਸਕੇ। ਅੱਗੇ ਫਰਮਾਉਂਦੇ ਨੇ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ, ਡੀਗਰ ਤੇ ਦਿਨ ਗਿਆ ਮੁਹੰਮਦ, ਓੜਕ ਨੂੰ ਡੁੱਬ ਜਾਣਾ, ਤੇ ਸੁੱਖਾਂ ਐਸ਼ਾਂ ਮੌਜਾਂ ਅੰਦਰ ਹਰ ਕੋਈ ਯਾਰ ਕਹਾਉਂਦਾ, ਸੰਗੀ ਸੋ ਜੋ ਤੰਗੀ ਤੱਕ ਕੇ ਬਣੇ ਭੁਜਾਲ ਦੁੱਖਾਂ ਦਾ। ਤੇ ਅੱਗੇ ਫਰਮਾਉਂਦੇ ਕਿ ਇੱਕ ਗੁਨਾਹ ਮੇਰਾ ਮਾਂ ਪਿਓ ਵੇਖੇ, ਉਮਰੀ ਮੂੰਹ ਨਾ ਲਾਵੇ, ਲੱਖ ਗੁਨਾਹ ਮੇਰਾ ਮਾਲਕ ਵੇਖੇ, ਫੇਰ ਵੀ ਪਰਦੇ ਪਾਵੇ। ਤੇ ਇੱਕ ਜਗ੍ਹਾ ਹੋਰ ਦੇਖੋ ਤਸ਼ਬੀਹ ਦਾ, ਕਿਆ ਇੰਤਹਾ ਦੀ ਤਸ਼ਬੀਹ, ਝੂਠੇ ਯਾਰ ਦੀ ਯਾਰੀ ਇੰਜ ਜਿਵੇਂ ਰੁੱਖ ਖਜੂਰ, ਧੁੱਪ ਲੱਗੇ ਤੇ ਛਾਂ ਨਾ ਦੇਵੇ, ਭੁੱਖ ਲੱਗੇ ਫਲ ਦੋ। ਵਿੱਚ